ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਡ ਪੰਜਾਬ ਦਾ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਫੇਮਸ ਸਿੰਗਰ ਸਿੰਘਾਂ ਦੇ ਬਾਰੇ। ਸਿੰਗਰ ਜਦੋਂ ਵੀ ਲਾਈਵ ਹੁੰਦੇ ਨੇ ਕੋਈ ਨਾ ਕੋਈ ਇਹੋ ਜਿਹੀ ਗੱਲ ਕਹਿ ਦਿੰਦੇ ਨੇ ਜੋ ਕਾਫੀ ਜ਼ਿਆਦਾ ਗੱਲ ਚਰਚਾ ਦੇ ਵਿੱਚ ਆ ਜਾਂਦੀ ਹੈ। ਐਵੇਂ ਹੀ ਹਾਲਾਂ ਦੇ ਵਿੱਚ ਸਿੰਘਾਂ ਦਾ ਇੱਕ ਲਾਈਵ ਆਇਆ ਜਿਸ ਦੇ ਵਿੱਚ ਸਿੰਘਾਂ ਨੇ ਕਾਫੀ ਕੁਝ ਕਿਹਾ। ਆਓ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕੀ ਹੈ ਇਹ ਲਾਈਵ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣਾ ਧਿਆਨ ਰੱਖਿਆ ਕਰੋ, ਆਪਣੇ ਘਰਦਿਆਂ ਦਾ ਧਿਆਨ ਰੱਖਿਆ ਕਰੋ। ਇਹ ਦਿਨੇ ਕੁਛ ਇੱਦਾਂ ਦੇ ਚੱਲਦੇ ਪਏ ਆ, ਸਾਰੇ ਪਾਸੇ ਡਰ ਜਿਹਾ ਪਿਆ ਲੋਕਾਂ ਨੂੰ। ਬਟ ਕੋਈ ਨਹੀਂ, ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਆ, ਟਾਈਮ ਆਉਂਦਾ ਰਹਿੰਦਾ ਹੈ। ਵੀ ਪੋਜ਼ਿਟਿਵ ਹਮੇਸ਼ਾ ਨਾ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਆਪਣੇ ਗਾਣਿਆਂ ਨੂੰ ਇੰਨਾ ਪਿਆਰ ਦਿੰਦੇ ਹੋ, ਇੰਨੀ ਸਪੋਰਟ ਕਰਦੇ ਹੋ। ਜਿੰਨੇ ਹੁਣ ਤੱਕ ਗਾਣੇ ਆਏ, ਹੋਰ ਵੀ ਨਵੇਂ ਗਾਣੇ ਕਰਾਂਗੇ, ਵਧੀਆ ਵਧੀਆ। ਹਮੇਸ਼ਾ ਕੋਸ਼ਿਸ਼ ਕਰਦਾ ਰਹੂੰਗਾ ਕਿ ਨਵੇਂ ਨਵੇਂ ਗਾਣੇ, ਕੁਛ ਅਲੱਗ ਕਰਨ ਦੀ ਕੋਸ਼ਿਸ਼। ਬਟ ਮੈਂ ਚਾਹੁੰਦਾ ਕਿ ਆਪਣੇ ਗਾਣਿਆਂ ਨਾਲ ਕਦੇ ਵੀ ਕਿਸੇ ਨੂੰ ਮਾੜੀ ਸਿੱਖਿਆ ਨਾ ਮਿਲੇ, ਕੋਈ ਮਾੜਾ ਨਾ ਕਰੇ, ਨਾ ਸੋਚੇ ਕਿ ਯਾਰ ਸਿੰਘੇ ਦਾ ਗਾਣਾ ਸੁਣਿਆ ਸੀ ਤਾਂ ਕਰਕੇ ਮੈਂ ਦਾਰੂ ਪੀਣ ਲੱਗਾ, ਤਾਂ ਕਰਕੇ ਮੈਂ ਨਸ਼ਿਆਂ 'ਤੇ ਲੱਗਾ। ਸੋ ਇਸ ਕਰਕੇ ਮੈਂ ਕਿਸੇ ਵੀ ਹੱਦ ਤੱਕ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਨਾ ਪ੍ਰਮੋਟ ਕਰਾਂ। ਜਿੱਦਾਂ ਰੀਸੈਂਟਲੀ ਗਾਣਾ ਕੀਤਾ ਮੈਂ ਰੂਮ ਲਾਈਫ ਉਹਦੇ ਵਿੱਚ ਸੀਗਾ, ਅਤੇ ਮੈਂ ਆਪਣੇ ਆਪ ਹੀ ਉਹ ਮੈਨੂੰ ਲੱਗਾ, ਮੈਨੂੰ ਅੰਦਰੋਂ ਆਵਾਜ਼ ਆਈ ਕਿ ਸਾਨੂੰ ਨਹੀਂ ਪ੍ਰਮੋਟ ਕਰਨਾ ਚਾਹੀਦਾ, ਕਿਉਂਕਿ ਕੱਲ੍ਹ ਨੂੰ ਕੋਈ ਲੰਡੂ ਜਿਹਾ ਬੰਦਾ, ਟੁਕੜੋ ਬੋਚ ਕੋਈ ਦਵਾਨੀ ਦਾ ਬੰਦਾ ਉੱਠ ਕੇ ਇਹ ਨਾ ਕਹਿ ਦੇਵੇ ਕਿ ਸਿੰਘੇ ਨੇ ਗਲਤ ਗਾਣਾ ਗਾਇਆ, ਸਿੰਘੇ ਨੇ ਨਸ਼ੇ ਪ੍ਰਮੋਟ ਕੀਤੇ ਆ। ਸੋ ਦੈਟਸ ਵਾਈ ਮੈਂ ਗਾਣਾ ਵੀ ਪ੍ਰਾਈਵੇਟ ਕਰਤਾ, ਕਿਉਂਕਿ ਆਪਾਂ ਕੰਮ ਕਰਨ ਵਾਲਿਆਂ 'ਚੋਂ ਹਾਂ, ਗੱਲਾਂ ਕਰਨ ਵਾਲਿਆਂ 'ਚੋਂ ਨਹੀਂ। ਕਿ ਅੱਜ ਕੱਲ੍ਹ ਵੈਸੇ ਵੀ ਤੁਹਾਨੂੰ ਪਤਾ ਪੰਜਾਬੀ ਇੰਡਸਟਰੀ 'ਚ ਸਾਰੇ ਸਿੰਗਰਾਂ ਦੇ ਦੁਆਲੇ ਹੋਏ ਆ, ਉਹਨਾਂ ਦੇ ਚੰਗੇ ਕੰਮ ਨੂੰ ਕੋਈ ਨਹੀਂ ਦੇਖਦਾ, ਉਹਨਾਂ ਦੀ ਮਿਹਨਤ ਨੂੰ ਕੋਈ ਨਹੀਂ ਦੇਖਦਾ, ਉਹ ਕਿਸੇ ਦੀ ਹੈਲਪ ਕਰਦੇ ਨੇ ਉਹਨੂੰ ਕੋਈ ਨਹੀਂ ਦੇਖਦਾ, ਬਟ ਕਿਸੇ ਨਾ ਕਿਸੇ ਗੱਲ ਨੂੰ ਇਸ਼ੂ ਬਣਾ ਕੇ ਸਵਾਦ ਲੈ ਜਾਂਦੇ ਨੇ। ਸੋ ਇੰਨੀ ਕੁ ਸਮਝ ਆ ਗਈ ਆ ਕੀ ਕਰਨਾ ਕੀ ਨਹੀਂ ਕਰਨਾ, ਕੀ ਚੰਗਾ ਕੀ ਮਾੜਾ। ਸੋ ਦੈਟਸ ਵਾਈ ਨਾਲੇ ਮੈਂ ਤਾਂ ਉੱਦਾਂ ਨਹੀਂ ਕਿਸੇ ਦੀ ਗੱਲ ਸੁਣ ਕੇ ਰਾਜੀ, ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਕੋਈ ਫਟੀਓ ਲੀਰ ਆ ਕੇ ਗਲ 'ਚ ਪੈ ਜਾਏ, ਕਿ ਅੱਜ ਕੱਲ੍ਹ ਲੋਕਾਂ ਦੇ ਵਿੱਚ ਆਹੀ ਬੜੀ ਚੀਜ਼ ਆਈ ਹੋ ਨਾ ਕਿ ਕੋਈ ਵੀ ਹੈਗਾ ਇੱਥੇ ਪਰਚਾ ਕਰ ਦਿਓ, ਇੱਥੇ ਗਾਣੇ ਕਰ ਦਿਓ, ਇਹਨਾਂ ਦੇ ਗਾਣਿਆਂ 'ਤੇ ਆਹ ਕਰ ਦਿਓ ਉਹ ਕਰ ਦਿਓ, ਘਰ ਦੀ ਰੋਟੀ ਨਹੀਂ ਪਚਦੀ ਕਈਆਂ। ਤੁਸੀਂ ਵੀ ਟੈਨਸ਼ਨ ਨਹੀਂ ਲੈਣੀ, ਸਿੰਘਾ ਉੱਦਾਂ ਦਾ ਕੰਮ ਕਰੂਗਾ ਵੀ ਨਹੀਂ। ਅਤੇ ਚੜ੍ਹਦੀ ਕਲਾ 'ਚ ਪਰਮਾਤਮਾ ਰੱਖੇ ਤੁਹਾਨੂੰ। ਸ਼ੈਡੋ ਸੌਂਗ, ਥੈਂਕਸ ਵੀਰੇ ਸ਼ੈਡੋ ਸੌਂਗ ਲਈ। ਦੋ ਚਾਰ ਗਾਣੇ ਰੋਮੈਂਟਿਕ ਟੱਚ ਜਿਹੇ ਵਧੀਆ ਚੱਲ ਗਏ ਆਪਣੇ, ਗੋਪੀ ਸੰਧੂ, ਰਾਮ ਰਾਮ ਬਾਈ, ਸਾਰੇ ਨਜ਼ਾਰੇ ਲਓ, ਘਰੇ ਰਹੋ, ਕਰੋਨਾ ਤੋਂ ਬਚੋ, ਧਿਆਨ ਰੱਖੋ ਆਪਣਾ। ਸਰ ਦਿਲ ਮੁਟਿਆਰ ਦਾ ਸੌਂਗ ਸੁਣਾ ਦਿਓ ਜ਼ਰੂਰ ਜ਼ਰੂਰ। ਨਵੇਂ ਗਾਣੇ ਹੋਰ ਆ ਰਹੇ ਆ ਜੀ, ਬਾਕੀ ਦੇਖਦੇ ਹਾਂ ਕੀ ਬਣਦਾ, ਕੁਛ ਨਵਾਂ ਹੀ ਕੱਢਾਂਗੇ ਐਤਕੀ। ਬਸ ਇਹੀ ਸੋਚ ਰੱਖੀ ਆ ਕਿ ਸਾਡੀ ਵਜ੍ਹਾ ਨਾਲ, ਸਿੰਘੇ ਦੀ ਵਜ੍ਹਾ ਨਾਲ ਕੋਈ ਇਹ ਨਾ ਕਹੇ ਕਿ ਯਾਰ
ਸਿੰਘੇ ਦਾ ਗਾਣਾ ਸੁਣਿਆ ਸੀ ਤਾਂ ਮੈਂ ਵਿਗੜਿਆ। ਘਰਦਿਆਂ ਦਾ ਖਿਆਲ ਰੱਖਿਆ ਕਰੋ, ਜਿੱਥੇ ਕਿਤੇ ਗਰੀਬ ਨੂੰ ਲੋੜ ਪੈਂਦੀ ਆ ਖਾਣੇ ਦੀ ਪੈਸੇ ਦੀ ਜ਼ਰੂਰ ਡੋਨੇਟ ਕਰਿਆ ਕਰੋ, ਤਾਂ ਜੋ ਇੱਥੇ ਜ਼ਿੰਦਗੀ 'ਚ ਆਇਆਂ ਦਾ ਤੁਹਾਡਾ ਪਤਾ ਲੱਗ ਸਕੇ ਕਿ ਤੁਸੀਂ ਵੀ ਆਇਓ। ਲਵ ਯੂ ਤੁਹਾਨੂੰ ਸਾਰਿਆਂ ਨੂੰ, ਅਤੇ ਇੱਦਾਂ ਹੀ ਸਪੋਰਟ, ਇੱਦਾਂ ਹੀ ਪਿਆਰ ਦੱਬ ਕੇ, ਬਾਕੀ जी हाँ लाइव तो बाद तुहानू पता लग ही गया होना कि इस वीडियो दे विच सिंघा ने काफी गल्लां दा खुलासा किया अते नाल दी नाल सिंघा ने यह भी कह दिता कि हुण ओ इहो जिहा कोई गाना नहीं गाणगे जिसका पब्लिक ते गलत असर होवे। ते नाल दी नाल उन्होंने इत्थे एक नशे नू लैके भी काफी कुछ कहा कि नशे नू लैके ओ कोई भी इहो जिहा गाणा नहीं गाणगे जिसका साडे पंजाब दे उत्ते, पंजाब दी नौजवान पीढ़ी दे उत्ते गलत असर होवे। सिंघा दे वल्लों काफी वड्डा बयान नजर आ रहा है। बाकी पूरी वीडियो तो बाद ਕੀ ਕਹਿਣਾ ਚਾਹੁੰਦੇ ਹੋ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ।